कुछ देखे नहीं कि कोई काम करिए नहीं तो भाग जाए कि कोई बकरा कंसेप्ट है कि हमें अपने इधर एक अंदर कुछ है गा नहीं सी तो एजुकेशन वाला तो बड़ा वीक साइड है पेंटिंग वगैरह ਜਿੱਦਾਂ ਨੇ ਨਿਆ ਕੈਬਨ ਬਣਾਏ ਜੇਲਰ ਵਾਲੇ ਵੱਖਰੀ ਚੀਜ਼ ਆ ਬਟ ਵਧੀਆ ਲੱਗਦਾ ਹੈ ਕਿ ਇਹੋ ਜਿਹਾ ਲੱਗ ਜਾ ਕੇ ਹੈ ਵੀ ਇਹ ਜਿੱਦਾਂ ਦਾ ਲੱਗਿਆ ਰਹਿੰਦਾ ਗੇਟ ਸ਼ੁਰੂ ਤੋਂ ਹੋ ਉਹਦੇ ਤੀਰ ਤੱਕ ਜਾਓ ਤਾਂ ਜੇਲ ਦੀ ਫੀਲਿੰਗ ਹੈ ਹਾਂਜੀ ਇੱਕ ਪ੍ਰੋਪਰ ਫੀਲ ਹੀ ਉਹ ਦਿੱਤੀ ਹੈ ਮਤਲਬ ਜਿਹੜਾ ਕਿ ਆਵੇ ਉਹਨੂੰ ਪ੍ਰੋਪਰ ਫੀਲ ਹੈ ਆਵੇ ਕਸਟਮਰ ਫਨ ਕਰੇ ਜਦੋਂ ਜੇ ਨਵਾਂ ਨਵਾਂ ਸੀਗਾ ਨਾ ਉਦੋਂ ਲੋਕੀ ਬੜੇ ਵੇਖਣੀ ਆਉਂਦੇ ਜਦੋਂ ਇਹ ਅਜੇ ਤਿਆਰ ਵੀ ਨਹੀਂ ਹੋਇਆ ਤੇ ਇਹਦੀ ਐਡ ਊਡ ਵੇਖਦੇ ਹਾਂ ਜਿੱਦਾਂ ਇੰਸਟਾਗ੍ਰਾਮ ਤੇ ਸਟੋਰੀਆਂ ਓਪਨਿੰਗ ਤੋਂ ਪਹਿਲਾਂ ਵੀ ਲੋਕੀ ਇੱਥੇ ਆਉਂਦੇ ਹੁੰਦੇ ਨੇ ਬਸ ਇੱਦਾਂ ਹੀ ਕੁਛ ਦੇਖੇ ਨਹੀਂ ਕੋਈ ਕੋਈ ਕੰਮ ਕਰੀਏ ਇੱਦਾਂ ਹੀ ਦਿਮਾਗ ਚ ਆਇਆ ਕਿ ਕੋਈ ਵੱਖਰਾ ਕਨਸੈਪਟ ਲੈ ਕੇ ਮੈਂ ਆਪਣੇ ਇੱਧਰ ਇਹਦਾ ਕੁਛ ਹੈਗਾ ਨਹੀਂ ਸੀ ਤੇ ਫਿਰ ਅਸੀਂ ਇਹ ਸੋਚਿਆ ਅਸੀਂ ਦੋ ਵਾਰ ਕਰਾਂ ਫਿਰ ਅਸੀਂ ਦੋਵਾਂ ਨੇ ਸਾਰਾ ਡਿਜ਼ਾਈਨ ਕੀਤਾ ਹੈ ਖੁਦ ਡਿਜ਼ਾਈਨ हाँ जी सारा पॉइंट हो गया आपके बैंक पर क्योंकि गेट शुरू तो हो दे ठीक तक जाओ तो जेल की फीलिंग है हाँ जी हाँ एक प्रॉपर फील ही हो देती है मतलब जेड़ा कि आवे उन्हें प्रॉपर फील है आवे कस्टमर फन करे प्रॉपर हाँ जेड़ा मकसद बाकी फूड क्वालिटी भी हटी एवन है मतलब कि बढ़िया है सारा कुछ हाँ जी कुछ काला पॉइंट टाइप है जिदा पुरानी जेलां सीगियां उस टाइप की सारी और पर मतलब कि जेल की देख रेख करने की कोशिश की है हर कोई आवे तो मतलब एक वक्रा थीम इंजॉय करे प्रॉपर असी थीम पे ना फोकस किया कि हर एक आके प्रॉपर फील आवे वो भी कि अपन जेल से खाना खा रहे नौजवान आते हैं ज़्यादातर यूथ आता वो मतलब कि खाना खान के जा फिर अपने हैंडकप्स ਨਾਲ ਆਪਣੇ ਜੇਲਰ ਨਾਲ ਕੈਦੀਆਂ ਨਾਲ ਫੋਟੋਜ਼ ਵਗੈਰਾ ਕਰਾਉਂਦੇ ਨੇ ਅੱਜ ਕੱਲ੍ਹ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਜ਼ਮਾਨਾ ਹਰ ਕੋਈ ਆਪਣੇ ਜਾਂਦੇ ਆ ਅਪਲੋਡ ਕਰਦੇ ਆਪਣਾ ਫਨ ਕਰਦੇ ਅੱਗੇ ਵੀ ਹਾਂਜੀ ਅੱਗੇ ਫਿਊਚਰ 'ਚ ਡੇ ਸੋਚਣ ਲਈ ਕੁਛ ਹੋਰ ਵੀ ਇੱਦਾਂ ਦਾ ਲਿਆਈਏ ਹਾਂਜੀ ਅਤੇ ਆਪਣੇ ਲਾਗੇ ਸ਼ਹਿਰ 'ਚ ਵਧੀਆ ਲੱਗਾ ਮੈਂ ਮੋਸਟਲੀ ਆਈਦਾ ਵਾ ਜਦੋਂ ਇੱਥੇ ਲਾਈਵ ਸਿੰਗਿੰਗ ਦਾ ਪੇਪਰ ਹੁੰਦਾ ਮੈਨੂੰ ਹਰ ਹਫ਼ਤੇ ਉਦੋਂ ਆਈਦਾ ਹੀ ਆਈਦਾ ਬਹੁਤ ਵਧੀਆ ਆਪਣੇ ਲੋਕਲ ਹੀ ਆ ਸਭ ਤੋਂ ਵਧੀਆ ਲੋਕਲ 'ਚ ਸਭ ਤੋਂ ਵਧੀਆ ਇੱਕ ਥੀਮ ਬੜਾ ਵੱਖਰਾ ਜਿਹਾ ਜੇਲ ਦੇ ਵਿੱਚ ਉਹ ਵੀ ਲੋਕਾਂ ਨੂੰ ਜ਼ਿਆਦਾ ਅਟਰੈਕਟ ਕਰਦਾ ਜੇ ਥੀਮ ਉਹਦੇ ਕਰਕੇ ਵੀ ਥੋੜ੍ਹੇ ਜੋ ਵੀ ਹਾਈਵੇ ਦੇ ਕਸਟਮਰ ਆ ਜੋ ਔਨਲਾਈਨ ਇਹਨਾਂ ਦੀ ਹੈ ਨਾ ਜਿਹੜੀ ਐਡ ਹੁੰਦੀ ਆ ਉਹਦੇ ਕਰਕੇ ਹਾਈਵੇ ਦਾ ਕਸਟਮਰ ਬੜਾ ਪੈਂਦਾ ਅਲੱਗ ਥੀਮ ਕਰਕੇ ਵੀ ਜਿਹਨੂੰ ਫੋਲੋ ਕਰਦੇ ਆ ਥੀਮ ਪੂਰਾ ਵਧੀਆ ਹੈ ਕਿਉਂਕਿ ਹੈਂਡ ਪੰਪਸ ਵੀ ਪਏ ਆ ਉਹ ਹੱਥ ਬੜੀ ਖੰਭੀਆਂ ਆ ਜਦੋਂ ਜੇ ਨਵਾਂ ਨਵਾਂ ਸੀਗਾ ਨਾ ਉਦੋਂ ਲੋਕ ਬੜੇ ਵੇਖਣੀ ਆਉਂਦੇ ਜਦੋਂ ਇਹ ਅਜੇ ਤਿਆਰ ਵੀ ਨਹੀਂ ਹੋਇਆ ਤੇ ਇਹਦੀ ਐਡ ਊਡ ਵੇਖਦੇ ਹਾਂ ਜਿੱਦਾਂ ਇੰਸਟਾਗ੍ਰਾਮ ਤੇ ਸਟੋਰੀਆਂ ਓਪਨਿੰਗ ਤੋਂ ਪਹਿਲਾਂ ਵੀ ਲੋਕ ਇੱਥੇ ਆਉਂਦੇ ਹੁੰਦੇ ਨੇ ਇਹ ਥੀਮ ਕਰਕੇ ਤੁਸੀਂ ਵੀ ਹਾਂਜੀ ਕੋਈ ਵੀਕਲੀ ਦੋ ਵਾਰੀ ਲਾ ਲਓ ਮੋਸਟਲੀ ਦੋ ਵਾਰੀ ਹਾਂ ਬੱਚੇ ਬੱਚਿਆਂ ਨੂੰ ਹੁੰਦਾ ਥੋੜ੍ਹਾ ਹਾਂਜੀ ਇਹ ਵਧੀਆ ਸਰ ਕੋਈ ਵੱਖਰਾ ਪੇਸ਼ ਕੀਤਾ ਇਹਨਾਂ ਨੇ ਜਿੱਦਾਂ ਤੁਸੀਂ ਲੋਕੇਸ਼ਨ ਆਲਾ ਦੁਆਲਾ ਵੇਖ ਸਕਦੇ ਪੇਂਟਿੰਗ ਵਗੈਰਾ ਜਿੱਦਾਂ ਇਹਨਾਂ ਨੇ ਕੈਬਨ ਬਣਾਏ ਜੇਲਰ ਵਾਲੇ ਵੱਖਰੀ ਚੀਜ਼ ਆ ਬਟ ਵਧੀਆ ਲੱਗਦਾ ਹੈ ਕਿ ਇਹੋ ਜਿਹਾ ਲੱਗ ਜਾ ਕੇ ਹੈ ਵੀ ਇਹ ਜਿੱਦਾਂ ਦਾ ਲੱਗਿਆ ਜੀ ਜੀ ਆਕਰਸ਼ਿਤ ਕਰਦਾ ਵਾ ਕੋਈ ਨਾ ਕੋਈ ਜਿੱਦਾਂ ਦੇਖੋ ਤੁਸੀਂ ਸਭ ਤੋਂ ਵੱਖਰਾ ਹੈ ਜਿਹੜਾ ਵੀ ਹੁੰਦਾ ਨਵੀਂ ਚੀਜ਼ ਦੇਖਦਾ ਟਰਾਈ ਕਰਦਾ ਬਾਕੀ ਟੇਸਟ ਵਗੈਰਾ ਬਹੁਤ ਵਧੀਆ ਸੀ ਅਤੇ ਹਫ਼ਤੇ 'ਚ ਇੱਕ ਦੋ ਵਾਰੀ ਆ ਹੀ ਜਾਂਦੇ ਹਾਂ ਸਾਡੇ ਲਾਗੇ ਹੀ ਆ ਲੋਕਲ ਹੀ ਪੈ ਜਾਂਦਾ ਬਹੁਤ ਵਧੀਆ ਟੇਸਟ ਵੀ ਖਾਣਾ ਵੀ ਹਫ਼ਤੇ 'ਚ ਇੱਕ ਅੱਧੀ ਵਾਰੀ ਅਸੀਂ ਡੇਲੀ ਇੱਦਾਂ ਹੁੰਦਾ ਮਿਲਦੀ ਹੈ ਤੁਹਾਡੀ ਗੱਲ ਸਹੀ ਹੈ ਫੀਲਿੰਗ ਵੱਖਰੀ ਹੈ ਬਟ ਠੀਕ ਲੱਗਦਾ ਵਧੀਆ ਲੱਗਦਾ ਕੰਸੈਪਟ ਜਿਹੜੇ ਵੇਟਰ ਵਗੈਰਾ ਉਹਨਾਂ ਦਾ ਵੀ ਡਰੈਸ ਜਿਨ੍ਹਾਂ ਨੇ ਉਹੀ ਰੱਖਿਆ ਜੇਲਰ ਵਾਲਾ ਹੀ ਰੱਖਿਆ ਬੱਚਿਆਂ ਵਗੈਰਾ ਨੂੰ ਵਧੀਆ ਲੱਗਦਾ